ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰੰਜੂ ਅਤੇ ਵਿਧਾਇਕ ਸੁਖਵਿੰਦਰ ਸਿੰਘ ਦੈਣੀ ਨੇ ਵਾਰਡ ਨੰਬਰ 32 ਦੇ ਗਾਰਡਨ ਇਨਕਲੇਵ ਵਿਖੇ ਵਾਟਰ ਸਪਲਾਈ ਦੇ ਕਮਾਦੇ ਸ਼ੁਰੂਆਤ ਕੀਤੀ। ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਅਤੇ ਨਾਲ ਦੇ ਹੱਲ ਦਾ ਪ੍ਰੋਸਦ ਦਿੱਤਾ। ਕੌਂਸਲਰ ਰਾਜੇਸ਼ ਮਦਾਨ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਸੁਰਜੀਤ ਸਿੰਘ, ਸੁਖਵਿੰਦਰ ਸਿੰਘ ਲਾੜੀ, ਐਡਵੋਕੇਟ ਸੰਦੀਪ ਸ਼ਰਮਾ ਵੀ ਮੌਜੂਦ ਸਨ। ਅੱਜ ਮੈਨੂੰ ਬਹੁਤ ਹੀ ਖੁਸ਼ੀ ਹੈ ਕਿ ਅੱਜ ਸਾਡੇ ਭਰਾ ਸਰਦਾਰ ਸੁਖਵਿੰਦਰ ਸਿੰਘ ਜੀ ਡੈਨੀ ਜੋ ਸਾਡੇ ਐਮ ਐਲ ਏ ਸਾਹਿਬ ਨੇ ਡੰਡੇ ਆਲਾ ਗਰੂ ਹਲਕੇ ਤੋਂ ਅੱਜ ਇਹ ਉਹਨਾਂ ਦੇ ਹਲਕੇ ਦੇ ਵਿੱਚ ਕਾਰਪੋਰੇਸ਼ਨ ਦਾ ਏਰੀਆ ਪੈਂਦਾ ਔਰ ਇਹ ਕਾਫੀ ਸਮੇਂ ਤੋਂ ਨੈਗਲੈਕਟਡ ਸੀਗਾ ਇੱਥੇ ਲਗਭਗ 7-8 ਕਲੋਨੀਆਂ ਮੈਂ ਕਵਾਂਗਾ ਕਿ ਪੂਰੀ ਵਾਰਡ ਹੀ ਆ ਜਿਹਦੇ ਵਿੱਚ ਜਿਹਦੇ ਵਿੱਚ ਬਹੁਤ ਸਾਰੀਆਂ ਕਲੋਨੀਆਂ ਦੇ ਵਿੱਚ ਪਾਣੀ ਦੀ ਤੇ ਸੀਵਰੇਜ ਦੀ ਮੁਸ਼ਕਲ ਆ ਅੱਜ ਸਾਨੂੰ ਖੁਸ਼ੀ ਹੈ ਕਿ ਅੱਜ ਅਸੀਂ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਇੱਥੇ ਅੱਜ ਵਾਟਰ ਸਪਲਾਈ ਦਾ ਉਦਘਾਟਨ ਕੀਤਾ ਇੱਥੇ ਅਸੀਂ ਪਹੁੰਚੇ ਸੀਗੇ ਸਾਡੇ ਨਾਲ ਸਾਡੇ ਆਪਣੇ ਸ਼ਹਿਰ ਦੇ ਮੇਅਰ ਸਰਦਾਰ ਕਰਮਜੀਤ ਸਿੰਘ ਰਿੰਟੂ ਸਾਹਿਬ ਆਏ ਨੇ ਇਹਨਾਂ ਨੇ ਸਾਡੇ ਨਾਲ ਅੱਜ ਇੱਥੇ ਵਾਟਰ ਸਪਲਾਈ ਦਾ ਉਦਘਾਟਨ ਕੀਤਾ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਉੱਥੇ ਮੈਂ ਆਪਣੇ ਇਲਾਕਾ ਨਿਵਾਸੀਆਂ ਨੂੰ ਬਹੁਤ ਢੇਰ ਸਾਰੀ ਜਿਹੜੀ ਹੈ ਇਸ ਗੱਲ ਦੀ ਮੁਬਾਰਕਬਾਦ ਦੇ ਰਿਹਾ ਇੱਥੇ ਜਿਹੜੇ ਵਿਕਾਸ ਕਾਰਜ ਰੁਕੇ ਸੀਗੇ ਵਾਟਰ ਸਪਲਾਈ ਦਾ ਇਸ਼ੂ ਸੀਗਾ ਸੀਵਰੇਜ ਦਾ ਇਸ਼ੂ ਸੀਗਾ ਮੇਅਰ ਸਾਹਿਬ ਨੇ ਸਾਨੂੰ 9 ਕਰੋੜ ਰੁਪਏ ਦੇ ਟੈਂਡਰ ਲੱਗੇ ਨੇ ਅੱਜ ਉਹਨਾਂ ਦਾ ਅਸੀਂ ਉਦਘਾਟਨ ਕੀਤਾ ਭਾਜੀ ਨੇ ਇਹ ਵੀ ਅਸ਼ਵਾਸਨ ਦਵਾਇਆ ਕਿ ਹੋਰ ਵੀ ਪੈਸੇ ਲੱਗਣਗੇ ਤੇ ਉਹ ਅਸੀਂ ਲਾ ਕੇ ਦੇਵਾਂਗੇ ਵਾਰਡ ਨੂੰ ਸੁੰਦਰ ਬਣਾਵਾਂਗੇ ਜਿਹੜੇ ਕਿ ਚਾਰ ਛਪੇਰੇ ਜਿਹੜਾ ਸੀਵਰੇਜ ਪੈਣਾ ਉਹ ਵੀ ਵਿਦਨ 2 ਮੰਥਸ ਦੇ ਵਿੱਚ ਮੈਨੂੰ ਵਿਸ਼ਵਾਸ ਦਵਾਇਆ ਕਿ ਇਹਨਾਂ ਨੇ 2 ਮਹੀਨੇ ਦੇ ਅੰਦਰ ਅੰਦਰ ਇਹ ਤੋਂ ਨੂੰ ਸੀਵਰੇਜ ਦਾ ਵੀ ਹੱਲ ਕਰ ਦਿੱਤਾ ਜਾਏਗਾ